ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਹਰਪਾਲ। ਨਿਊਜ਼ ਟੀ ਵੀ 11.com ਨੂੰ ਤੁਸੀਂ ਸਬਸਕ੍ਰਾਈਬ ਕਰੋ। ਗੁਰਦਾਸਪੁਰ ਵਿੱਚ ਕਰਵਾਏ ਜਾ ਰਹੇ ਰਾਜ ਪੱਧਰੀ ਕ੍ਰਿਸਮਸ ਸਮਾਗਮ ਵਿੱਚ ਮੁੱਖ ਮੰਤਰੀ ਚੰਨੀ ਸਟੇਜ 'ਤੇ ਪਹੁੰਚੇ ਅਤੇ ਕ੍ਰਿਸਮਸ ਦੇ ਨਜ਼ਦੀਕ ਦੁਬਾਰਾ ਆਉਣ ਦਾ ਕਹਿ ਕੇ ਸਪੀਚ ਕੀਤੀ ਅਤੇ ਜ਼ਰੂਰੀ ਕੰਮ ਦਾ ਕਹਿ ਕੇ ਵਾਪਸ ਚਲੇ ਗਏ। ਸਪੀਚ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਜ਼ਰੂਰੀ ਕੰਮ ਹੋਣ ਕਾਰਨ ਉਹਨਾਂ ਨੂੰ ਵਾਪਸ ਜਾਣਾ ਪੈ ਰਿਹਾ ਹੈ, ਪਰ ਕ੍ਰਿਸਮਸ ਦੇ ਨਜ਼ਦੀਕ ਉਹ ਦੁਬਾਰਾ ਗੁਰਦਾਸਪੁਰ ਆਉਣਗੇ। ਉਹਨਾਂ ਕ੍ਰਿਸਮਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਰਕਾਰ ਕ੍ਰਿਸਮਸ ਮੌਕੇ ਪ੍ਰਭੂ ਯਿਸੂ ਮਸੀਹ ਦੀ ਚੇਅਰ ਸਥਾਪਿਤ ਕਰੇਗੀ ਅਤੇ ਮਸੀਹ ਬਰਾਦਰੀ ਦੇ ਆਗੂਆਂ ਨੂੰ SS ਬੋਰਡ ਵਿੱਚ ਮੈਂਬਰ ਬਣਾਏਗੀ। ਇਸ ਮੌਕੇ ਮੁੱਖ ਮੰਤਰੀ ਨੂੰ ਪਵਿੱਤਰ ਬਾਈਬਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਜਦ ਮੁੱਖ ਮੰਤਰੀ 12 ਵਜੇ ਦੇ ਕਰੀਬ ਪੰਡਾਲ ਵਿੱਚ ਪਹੁੰਚੇ ਤਾਂ ਪੰਡਾਲ ਖਾਲੀ ਦੇਖ ਚਲੇ ਗਏ ਸਨ। ਜਦ ਦੁਬਾਰਾ ਆਏ ਤਾਂ ਉਸ ਵੇਲੇ ਵੀ ਪੰਡਾਲ ਪੂਰੀ ਤਰ੍ਹਾਂ ਨਾਲ ਭਰਿਆ ਨਹੀਂ ਸੀ। ਕ੍ਰਿਸਮਸ ਦੀ ਬਹੁਤ ਬਹੁਤ ਵਧਾਈ ਹੋਵੇ। ਡੇਢ ਘੰਟਾ ਲੇ ਬਾਅਦ ਹੋਣਾ ਹੈ ਕਿਉਂਕਿ ਪਹਿਲੇ ਹੀ ਪ੍ਰਬੰਧਕਾਂ ਨੇ 2:30 ਵਜੇ ਦਾ ਟਾਈਮ ਦਿੱਤਾ ਹੋਇਆ, ਪਰ ਮੈਨੂੰ ਅੱਗੇ ਜਾਣਾ ਪੈ ਰਿਹਾ ਕਿਉਂਕਿ ਕੋਈ ਜ਼ਰੂਰੀ ਮੀਟਿੰਗ ਆ ਗਈ ਹੈ। ਇਸ ਕਰਕੇ ਪ੍ਰੋਗਰਾਮ ਦੇ ਵਿੱਚ ਮੈਂ 2 ਮੰਤਰੀ ਸਾਹਿਬਾਨ ਨੂੰ ਛੱਡ ਕੇ ਜਾ ਰਿਹਾ, ਲੇਕਿਨ 2 ਗੱਲਾਂ ਮੈਂ ਜ਼ਰੂਰ ਕਹਿਣੀਆਂ। ਇੱਕ ਤਾਂ ਅਸੀਂ ਪੰਜਾਬ ਸਰਕਾਰ ਵੱਲੋਂ ਪ੍ਰਭੂ ਈਸਾ ਮਸੀਹ ਜੀ ਦੇ ਨਾਮ 'ਤੇ ਬਾਈਬਲ ਦੇ ਅਧਿਐਨ ਵਾਸਤੇ ਇੱਕ ਚੇਅਰ ਸਥਾਪਿਤ ਕਰ ਰਹੇ ਹਾਂ, ਉਸ ਦਾ ਮੈਂ ਐਲਾਨ ਕਰ ਰਿਹਾ। ਅਤੇ SS ਬੋਰਡ ਦੇ ਵਿੱਚ ਇੱਕ ਕ੍ਰਿਸਚਨ ਸਮਾਜ ਵਿੱਚੋਂ ਮੈਂਬਰ ਅਸੀਂ ਲਗਾ ਰਹੇ ਹਾਂ। ਮਨਿਓਰਟੀ ਦਾ ਜਿਹੜਾ ਚੇਅਰਮੈਨ ਹੈ ਉਹ ਅਸੀਂ ਕ੍ਰਿਸਚਨ ਸਮਾਜ 'ਚੋਂ ਲਗਾਇਆ ਹੋਇਆ, ਅਤੇ ਕ੍ਰਿਸਮਿਸ ਦੇ ਮੌਕੇ ਮੈਂ ਦੁਬਾਰੇ ਤੁਹਾਡੇ ਕੋਲ ਆਊਂਗਾ ਅਤੇ ਤੁਹਾਨੂੰ ਦੁਬਾਰੇ ਆ ਕੇ ਕ੍ਰਿਸਮਿਸ ਦੇ ਨੇੜੇ ਆ ਕੇ ਵਧਾਈਆਂ ਦੇਵਾਂਗਾ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਬਹੁਤ ਵੱਡੀ ਗਿਣਤੀ 'ਚ ਲੋਕ ਆ ਰਹੇ ਹੈ, ਪਰ ਮੈਂ ਆਪਣੇ ਮੰਤਰੀ ਸਾਹਿਬਾਨ ਨੂੰ ਤੁਹਾਡੇ ਕੋਲ ਛੱਡ ਕੇ ਉਹ ਤੁਹਾਨੂੰ, ਕਿਉਂਕਿ ਅਜੇ ਰੈਲੀ ਦਾ ਟਾਈਮ ਲੇਟ ਹੈ ਘੰਟੇ ਤੱਕ, ਉਹ ਤੁਹਾਨੂੰ ਸੰਬੋਧਨ ਕਰਨਗੇ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ। ਬਹੁਤ ਬਹੁਤ ਕ੍ਰਿਸਮਿਸ ਦੀ ਵਧਾਈ ਹੋਵੇ। ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ। ਪ੍ਰਭੂ ਈਸਾ ਮਸੀਹ ਹਮੇਸ਼ਾ ਤੁਹਾਡੇ ਨਾਲ ਅੰਗ ਸੰਗ ਰਹੇ। ਧੰਨਵਾਦ। ਹਲੇ ਲੋਹੀਆ।